ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ ਯੂਟਿਊਬ ਚੈਨਲ ਅੰਬੈਸਡਰ ਪੁਆਇੰਟ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਪ੍ਰੀਵੀਅਸ ਮਾਸਟਰ ਕੇਡਰ ਦਾ ਐਗਜ਼ਾਮ ਸੋਲਵ ਕਰਾਂਗੇ, ਜਿਸ ਦੇ ਵਿੱਚ ਆਪਣਾ ਜੋਗ੍ਰਾਫੀ ਦਾ ਪੋਰਸ਼ਨ ਰਹੇਗਾ। ਠੀਕ ਹੈ ਜੀ, ਤਾਂ ਦੇਖਦੇ ਹਾਂ ਆਪਣਾ ਪਹਿਲਾ ਪ੍ਰਸ਼ਨ ਕੀ ਹੈ ਇਸ ਦੇ ਵਿੱਚ। ਆਪਣੇ ਕੋਲ ਪਹਿਲਾ ਪ੍ਰਸ਼ਨ ਹੈ, ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਸਥਿਤ ਹੈ? ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਸਥਿਤ ਹੈ? ਤਾਂ ਇਹ ਹੈ ਮੇਰਠ ਦੇ ਵਿੱਚ, ਲਖਨਊ ਦੇ ਵਿੱਚ, ਆਗਰਾ ਦੇ ਵਿੱਚ ਜਾਂ ਫਿਰ ਜੈਪੁਰ ਦੇ ਵਿੱਚ। ਤਾਂ ਇਹ ਹੈ ਲਖਨਊ ਦੇ ਵਿੱਚ। ਠੀਕ ਹੈ ਜੀ, ਲਖਨਊ ਦੇ ਵਿੱਚ ਸਥਿਤ ਹੈ ਔਰ 1986 ਦੇ ਵਿੱਚ ਇਹ ਓਪਨ ਕੀਤਾ ਗਿਆ ਸੀ। ਠੀਕ ਹੈ ਜੀ, ਅਤੇ ਇਸ ਨੂੰ ਅਮੌਸੀ ਏਅਰਪੋਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਅਮੌਸੀ ਏਅਰਪੋਰਟ ਦੇ ਨਾਮ ਦੇ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ, ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ। ਠੀਕ ਹੈ ਜੀ, ਲਖਨਊ ਦੇ ਵਿੱਚ ਹੈ ਇਹ। ਨੈਕਸਟ ਪ੍ਰਸ਼ਨ ਦੇਖੋ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਜੰਗਲਾਤ ਖੇਤਰ ਦੀ ਤੀਬਰਤਾ ਸਭ ਤੋਂ ਜ਼ਿਆਦਾ ਹੈ? ਪੰਜਾਬ ਦੇ ਕਿਹੜੇ ਖੇਤਰ ਦੇ ਵਿੱਚ, ਕਿਹੜੇ ਜ਼ਿਲ੍ਹੇ ਵਿੱਚ ਜੰਗਲਾਤ ਖੇਤਰ ਦੀ ਤੀਬਰਤਾ ਸਭ ਤੋਂ ਜ਼ਿਆਦਾ ਹੈ? ਹੁਸ਼ਿਆਰਪੁਰ ਦੇ ਵਿੱਚ, ਤਰਨ ਤਾਰਨ ਦੇ ਵਿੱਚ, ਫਿਰੋਜ਼ਪੁਰ ਵਿੱਚ ਜਾਂ ਫਿਰ ਬਠਿੰਡਾ ਵਿੱਚ? ਤਾਂ ਸਭ ਤੋਂ ਜ਼ਿਆਦਾ ਜਿਹੜਾ ਜੰਗਲੀ ਖੇਤਰ ਪਾਇਆ ਜਾਂਦਾ, ਉਹ ਪਾਇਆ ਜਾਂਦਾ ਹੁਸ਼ਿਆਰਪੁਰ ਦੇ ਵਿੱਚ, ਆਪਸ਼ਨ ਨੰਬਰ ਏ ਹੁਸ਼ਿਆਰਪੁਰ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਇੱਥੇ ਲਗਭਗ 32.15% ਜੰਗਲ ਅਧੀਨ ਏਰੀਆ ਹੈ। ਠੀਕ ਹੈ, ਜੇ ਹੈਕਟੇਅਰ ਦੇ ਵਿੱਚ ਗੱਲ ਕਰੀਏ ਤਾਂ ਇਹ ਹੈ। ਠੀਕ ਹੈ ਜੀ, 1,09,000 ਹੈਕਟੇਅਰ ਜਿਹੜੀ ਹੈ ਭੂਮੀ, ਉਹ ਜੰਗਲ ਦੇ ਅਧੀਨ ਆਉਂਦੀ ਹੈ ਹੁਸ਼ਿਆਰਪੁਰ ਦੇ ਵਿੱਚ। ਠੀਕ ਹੈ, ਅੱਗੇ ਦੇਖੋ ਪ੍ਰਸ਼ਨ ਨੰਬਰ 3, ਭਾਰਤ ਵਿੱਚ ਕਿਹੜਾ ਰੇਲਵੇ ਗੇਜ ਵਿਆਪਕ ਰੂਪ ਵਿੱਚ ਵਰਤਿਆ ਜਾਂਦਾ ਹੈ? ਭਾਰਤ ਦੇ ਵਿੱਚ ਕਿਹੜਾ ਰੇਲਵੇ ਗੇਜ ਵਿਆਪਕ ਰੂਪ ਵਿੱਚ ਵਰਤਿਆ ਜਾਂਦਾ ਹੈ? ਮੀਟਰ ਵਰਤਿਆ ਜਾਂਦਾ ਹੈ, ਬਰਾੜ ਵਰਤਿਆ ਜਾਂਦਾ ਹੈ, ਤੰਗ ਵਰਤਿਆ ਜਾਂਦਾ ਹੈ, ਜਾਂ ਇਹਨਾਂ 'ਚੋਂ ਕੋਈ ਨਹੀਂ? ਤਾਂ ਇਹ ਵਰਤਿਆ ਜਾਂਦਾ ਹੈ ਬਰਾੜ। ਠੀਕ ਹੈ ਜੀ, ਬਰਾੜ ਜਿਹੜਾ ਹੈ ਮੀਟਰ ਗੇਜ ਵਰਤਿਆ ਜਾਂਦਾ ਹੈ, ਜਿਸ ਦੀ ਜਿਹੜੀ ਲੰਬਾਈ ਹੈ ਉਹ ਹੈ 1.676 mm। ਠੀਕ ਹੈ ਜੀ, ਜੇ ਫੁੱਟਾਂ ਦੇ ਵਿੱਚ ਗੱਲ ਕਰੀਏ ਤਾਂ 5 ਫੁੱਟ 6 ਇੰਚ ਬਣ ਜਾਂਦੀ ਹੈ ਇਹ। ਠੀਕ ਹੈ ਜੀ, ਇੰਨੀ ਇਸ ਦੀ ਚੌੜਾਈ ਹੁੰਦੀ ਹੈ ਬਰਾੜ। ਠੀਕ ਹੈ ਜੀ, ਇਹਨੂੰ ਇੰਡੀਅਨ ਗ੍ਰੇਡ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਇੰਡੀਅਨ ਗੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਨੈਕਸਟ ਕੁਸ਼ਚਨ ਦੇਖੋ, ਬਿਸਤ ਦੁਆਬ ਲਾਈਜ਼ ਬਿਟਵੀਨ, ਬਿਸਤ ਦੁਆਬ ਵਿਚਕਾਰ ਹੈ ਬਿਆਸ ਅਤੇ ਸਤਲੁਜ ਦੇ, ਬਿਆਸ ਅਤੇ ਰਾਵੀ ਦੇ, ਬਿਆਸ ਅਤੇ ਸਿੰਧ ਦੇ, ਜਾਂ ਫਿਰ ਸਿੰਧ ਅਤੇ ਚਿਨਾਬ ਦੇ? ਠੀਕ ਹੈ ਜੀ, ਬਿਸਤ ਜਿਹੜਾ ਹੈ, ਦੁਆਬ ਹੈ, ਉਹ ਇਹਨਾਂ ਵਿਚਕਾਰ ਹੈ। ਜਿਹੜਾ ਸ਼ਬਦ ਦੁਆਬ ਆ ਗਿਆ, ਇਹ ਹੁੰਦਾ ਦੋ ਆਬ, ਦੋ ਪਾਣੀ, ਮਤਲਬ ਦੋ ਦਰਿਆਵਾਂ ਦੇ ਵਿੱਚ ਦੀ ਧਰਤੀ। ਠੀਕ ਹੈ ਜੀ, ਜਿਹੜਾ ਹੁਣ ਆ ਗਿਆ ਆਪਣੇ ਕੋਲ ਬਿਸਤ, ਇਹ ਦੋ ਦਰਿਆਵਾਂ ਦੇ ਵਿੱਚ ਆ ਗਿਆ। ਠੀਕ ਹੈ, ਦੋ ਦਰਿਆਵਾਂ ਦੇ ਵਿੱਚ ਆ ਗਿਆ, BI ਔਰ ST। ਠੀਕ ਹੈ ਜੀ, BI ਤੋਂ ਬਣ ਗਿਆ ਬਿਆਸ ਔਰ ST ਤੋਂ ਬਣ ਗਿਆ ਸਤਲੁਜ। ਠੀਕ ਹੈ ਜੀ, ਤਾਂ ਕਰਕੇ ਕੀ ਹੋ ਗਿਆ, ਇਹ ਜਿਹੜਾ ਹੈ ਆਪਣਾ ਆਪਸ਼ਨ ਏ ਬਿਲਕੁਲ ਸਹੀ ਹੈ। ਠੀਕ ਹੈ, ਬਿਲਕੁਲ ਸਹੀ ਆਪਸ਼ਨ ਹੈ ਆਪਣਾ, ਕਿ ਜਿਹੜਾ ਬਿਸਤ ਦੁਆਬ ਹੈ ਉਹ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਹੈ। ਨੈਕਸਟ ਕੁਸ਼ਚਨ ਦੇਖੋ, ਗੁਰਦਾਸਪੁਰ ਸ਼ਹਿਰ ਸਥਿਤ ਹੈ ਬਿਸਤ ਦੁਆਬ 'ਚ, ਰਚਨਾ ਦੁਆਬ 'ਚ, ਬਾਰੀ ਦੁਆਬ 'ਚ, ਜਾਂ ਫਿਰ ਛੱਜ ਦੁਆਬ 'ਚ? ਗੁਰਦਾਸਪੁਰ ਸ਼ਹਿਰ ਸਥਿਤ ਹੈ ਤਾਂ ਇਹ ਹੈ ਬਾਰੀ ਦੁਆਬ ਦੇ ਵਿੱਚ। ਠੀਕ ਹੈ ਜੀ, ਬਾਰੀ ਦੁਆਬ ਦੇ ਵਿੱਚ ਸਥਿਤ ਹੈ। ਠੀਕ ਹੈ ਜੀ, ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਨੈਕਸਟ ਪ੍ਰਸ਼ਨ ਦੇਖੋ, ਪੰਜਾਬ ਵਿੱਚ ਫਸਲ ਤੀਬਰਤਾ ਕੀ ਹੈ? ਪੰਜਾਬ ਦੇ ਵਿੱਚ ਫਸਲ ਤੀਬਰਤਾ ਕੀ ਹੈ? 181%, 191%, 251%, ਜਾਂ ਫਿਰ 200? ਤਾਂ ਇਸਦਾ ਜਿਹੜਾ ਸਹੀ ਉੱਤਰ ਹੈ ਉਹ ਆਪਸ਼ਨ ਏ ਆਏਗਾ, 181%। ਬਟ ਅਪਰੋਕਸੀਮੇਟਲੀ 186% ਮੰਨੀ ਜਾਂਦੀ ਹੈ। ਠੀਕ ਹੈ, ਤਾਂ ਲਗਭਗ ਆ ਗਿਆ, ਇਸ ਕਰਕੇ ਜਿਹੜਾ ਆਪਸ਼ਨ ਏ ਹੈ ਉਹ ਇੱਕਦਮ ਸਹੀ ਹੈ। ਨੈਕਸਟ ਦੇਖੋ,
ਕਾਂਜਲੀ ਵੈਟਲੈਂਡ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਕਪੂਰਥਲਾ ਦੇ ਵਿੱਚ ਹੈ, ਰੋਪੜ ਦੇ ਵਿੱਚ ਹੈ, ਤਰਨ ਤਾਰਨ 'ਚ ਹੈ, ਜਾਂ ਫਿਰ ਹੁਸ਼ਿਆਰਪੁਰ ਦੇ ਵਿੱਚ ਹੈ? ਕਾਂਜਲੀ ਵੈਟਲੈਂਡ ਕਿੱਥੇ ਸਥਿਤ ਹੈ? ਤਾਂ ਇਹ ਜਿਹੜਾ ਹੈ ਤਰਨ ਤਾਰਨ ਦੇ ਵਿੱਚ ਸਥਿਤ ਹੈ, ਠੀਕ ਹੈ। ਤਰਨ ਤਾਰਨ ਸੋਰੀ ਕਪੂਰਥਲਾ ਦੇ ਵਿੱਚ ਸਥਿਤ ਹੈ ਕਾਂਜਲੀ ਵੈਟਲੈਂਡ, ਠੀਕ ਹੈ। ਕਪੂਰਥਲਾ ਦਾ ਇੱਕ ਖੇਤਰ ਹੈ, ਠੀਕ ਹੈ, ਕਾਂਜਲੀ ਵੈਟਲੈਂਡ। ਨੈਕਸਟ ਦੇਖੋ ਪ੍ਰਸ਼ਨ ਨੰਬਰ 8, ਨਾਰਮਨ ਬਾਰਲੋਗ ਭਾਰਤ ਵਿੱਚ ਕਿਸਦੇ ਲਈ ਯਾਦ ਕੀਤਾ ਜਾਂਦਾ ਹੈ? ਨਾਰਮਨ ਬਾਰਲੋਗ ਭਾਰਤ ਵਿੱਚ ਕਿਸ ਲਈ ਯਾਦ ਕੀਤਾ ਜਾਂਦਾ ਹੈ? ਨੀਲੀ ਕ੍ਰਾਂਤੀ ਦੇ ਲਈ, ਚਿੱਟੀ ਕ੍ਰਾਂਤੀ ਦੇ ਲਈ, ਹਰੀ ਕ੍ਰਾਂਤੀ ਦੇ ਲਈ, ਜਾਂ ਫਿਰ ਗੁਲਾਬੀ ਕ੍ਰਾਂਤੀ ਦੇ ਲਈ? ਤਾਂ ਇਸ ਨੂੰ ਯਾਦ ਕੀਤਾ ਜਾਂਦਾ ਹੈ ਹਰੀ ਕ੍ਰਾਂਤੀ ਦੇ ਲਈ, ਆਪਸ਼ਨ ਸੀ, ਠੀਕ ਹੈ ਜੀ। ਅਤੇ ਨਾਲ ਦੀ ਨਾਲ ਇਸ ਨੂੰ ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਠੀਕ ਹੈ, ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨਾਰਮਨ ਬੋਰਲੋਗ ਨੂੰ, ਠੀਕ ਹੈ ਜੀ। ਅੱਗੇ ਦੇਖੋ ਪ੍ਰਸ਼ਨ ਨੰਬਰ 9, ਪੰਜਾਬ ਵਿੱਚ 2011 ਸ਼ਹਿਰੀ ਆਬਾਦੀ ਕਿੰਨੇ ਪ੍ਰਤੀਸ਼ਤ ਸੀ? ਪੰਜਾਬ ਵਿੱਚ 2011 ਦੇ ਵਿੱਚ ਸ਼ਹਿਰੀ ਆਬਾਦੀ ਕਿੰਨੇ ਪ੍ਰਤੀਸ਼ਤ ਹੈ? 27.48, 31.48, 37.48, ਜਾਂ ਫਿਰ 39.48? ਜਿਹੜਾ ਸਹੀ ਉੱਤਰ ਰਹੇਗਾ ਉਹ ਰਹੇਗਾ ਆਪਸ਼ਨ ਸੀ, ਠੀਕ ਹੈ ਜੀ। 37.48 ਜਿਹੜੀ ਹੈਗੀ ਆ ਉਹ 2011 ਦੀ ਅਰਬਨ ਸ਼ਹਿਰੀ ਆਬਾਦੀ ਹੈ, ਠੀਕ ਹੈ, ਆਪਸ਼ਨ ਸੀ ਇਸਦਾ ਸਹੀ ਹੈ। ਜੇ ਊਂ ਗੱਲ ਕਰੀਏ 2011 ਦੇ ਵਿੱਚ 88.88% ਲੋਕਾਂ ਕੋਲ ਆਪਦਾ ਘਰ ਸੀ, 88.88% ਲੋਕਾਂ ਕੋਲ ਆਪਦਾ ਘਰ ਸੀ, ਠੀਕ ਹੈ ਜੀ। 8.77% ਲੋਕ ਕਿਰਾਏ ਦੇ ਉੱਤੇ ਸੀਗੇ, ਠੀਕ ਹੈ, ਜਿਨ੍ਹਾਂ ਕੋਲ ਆਪਦਾ ਖੁਦ ਦਾ ਘਰ ਹੈਗਾ ਨਹੀਂ ਸੀ। ਔਰ 62.52% ਲੋਕ ਸੀ ਜਿਹੜੇ ਉਹ ਪੇਂਡੂ ਖੇਤਰ ਦੇ ਵਿੱਚ ਰਹਿੰਦੇ ਸੀ। ਅੱਗੇ ਦੇਖੋ ਨੈਕਸਟ ਪ੍ਰਸ਼ਨ, ਪੰਜਾਬ ਵਿੱਚ 2011 ਦੇ ਵਿੱਚ ਮੁਸਲਿਮ ਆਬਾਦੀ ਕਿੰਨੀ ਸੀ? 0.58, 0.98, 1.17, 1.57, ਠੀਕ ਹੈ। ਤਾਂ ਇਸਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਉੱਤਰ ਡੀ, ਠੀਕ ਹੈ। 2011 ਦੇ ਵਿੱਚ ਜਿਹੜੀ ਆਬਾਦੀ ਸੀਗੀ ਉਹ ਮੁਸਲਿਮ ਆਬਾਦੀ 1.57 ਸੀਗੀ, ਅਤੇ ਜੇ ਊਂ ਗੱਲ ਕਰੀਏ 5.35 ਲੱਖ ਲੋਕ ਸੀਗੇ ਬੰਦਿਆਂ ਦੇ ਵਿੱਚ, ਗੱਲ ਕਰੀਏ ਜੇ 5.35 ਲੱਖ ਆਬਾਦੀ ਸੀਗੀ ਇਹਨਾਂ ਦੀ, ਠੀਕ ਹੈ ਜੀ। ਜੇ ਸਿੱਖਾਂ ਦੀ ਗੱਲ ਕਰੀਏ ਤਾਂ 57.70% ਸੀ ਸਿੱਖ, ਠੀਕ ਹੈ, ਔਰ 38.49% ਹਿੰਦੂ ਸੀ, ਠੀਕ ਹੈ ਜੀ। ਓਕੇ, ਅਤੇ ਹੁਣ ਦੇਖੋ ਅਗਲਾ ਪ੍ਰਸ਼ਨ, ਪੰਜਾਬ ਵਿੱਚ ਪ੍ਰਮੁੱਖ ਫਸਲ ਦੀ ਪਛਾਣ ਕਰੋ, ਚਾਵਲ, ਕਣਕ, ਕਪਾਹ, ਰਾਗੀ। ਪੰਜਾਬ ਵਿੱਚ ਪ੍ਰਮੁੱਖ ਫਸਲ ਦੀ ਪਛਾਣ ਕਰਨੀ ਹੈ, ਇਹਨਾਂ ਦੇ ਵਿੱਚੋਂ ਆਪਣੇ ਕੋਲ 4 ਆਪਸ਼ਨ ਦਿੱਤੇ ਗਏ ਹਨ, ਜਿਨ੍ਹਾਂ ਦੇ ਵਿੱਚੋਂ ਆਪਸ਼ਨ ਏ ਚਾਵਲ ਹੈ, ਆਪਸ਼ਨ ਬੀ ਕਣਕ ਹੈ, ਆਪਸ਼ਨ ਸੀ ਕਪਾਹ ਹੈ, ਔਰ ਆਪਸ਼ਨ ਡੀ ਰਾਗੀ ਹੈ, ਠੀਕ ਹੈ ਜੀ। ਤਾਂ ਕਣਕ ਜਿਹੜੀ ਹੈ ਉਹ ਪੰਜਾਬ ਦੀ ਪ੍ਰਮੁੱਖ ਫਸਲ ਹੈ, ਇਸ ਲਈ ਆਪਸ਼ਨ ਬੀ ਆਪਣਾ ਬਿਲਕੁਲ ਹੀ ਸਹੀ ਰਹੇਗਾ। ਨੈਕਸਟ ਕੁਸ਼ਚਨ ਦੇਖੋ, ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਸਥਿਤ ਹੈ, ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਸਥਿਤ ਹੈ ਫਰੀਦਕੋਟ ਦੇ ਵਿੱਚ, ਲੁਧਿਆਣਾ ਦੇ ਵਿੱਚ, ਬਠਿੰਡਾ ਦੇ ਵਿੱਚ, ਜਾਂ ਫਿਰ ਫਾਜ਼ਿਲਕਾ ਦੇ ਵਿੱਚ? ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਕਿੱਥੇ ਸਥਿਤ ਹੈ? ਤਾਂ ਇਹ ਹੈ ਬਠਿੰਡਾ ਦੇ ਵਿੱਚ, ਠੀਕ ਹੈ ਜੀ, ਆਪਸ਼ਨ ਸੀ ਇਸਦਾ ਬਿਲਕੁਲ ਹੀ ਸਹੀ ਜਵਾਬ ਰਹੇਗਾ। ਅੱਗੇ ਦੇਖੋ ਪ੍ਰਸ਼ਨ ਨੰਬਰ 13, ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਲਿੰਗ ਅਨੁਪਾਤ 2011 ਕਿਹੜਾ ਜ਼ਿਲ੍ਹਾ ਵਿੱਚ ਹੈ? ਸਭ ਤੋਂ ਜ਼ਿਆਦਾ ਲਿੰਗ ਅਨੁਪਾਤ ਕਿੱਥੇ ਹੈ? ਹੁਸ਼ਿਆਰਪੁਰ ਦੇ ਵਿੱਚ ਹੈ, ਲੁਧਿਆਣਾ ਵਿੱਚ ਹੈ, ਅੰਮ੍ਰਿਤਸਰ ਵਿੱਚ ਹੈ, ਜਾਂ ਫਿਰ ਬਠਿੰਡਾ ਦੇ ਵਿੱਚ ਹੈ?
ਸਭ ਤੋਂ ਜ਼ਿਆਦਾ ਲਿੰਗ ਅਨੁਪਾਤ ਕਿੱਥੇ ਹੈ? ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ ਜਾਂ ਫਿਰ ਬਠਿੰਡਾ? ਦੇਖੋ, ਲਿੰਗ ਅਨੁਪਾਤ ਤੋਂ ਭਾਵ ਕੀ ਆ, ਇਹ ਲਿੰਗ ਅਨੁਪਾਤ ਕੀ ਹੈ? ਇਹਦੇ ਵਿੱਚ ਇਹ ਦੇਖਿਆ ਜਾਂਦਾ ਕਿ 1000 ਬੰਦੇ ਦੇ ਪਿੱਛੇ ਔਰ ਆਦਮੀ ਦੇ ਪਿੱਛੇ ਕਿੰਨੀਆਂ ਔਰਤਾਂ ਹਨ, ਠੀਕ ਹੈ ਜੀ? ਤਾਂ ਇਸ ਤਰੀਕੇ ਨਾਲ ਲਿੰਗ ਦਾ ਅਨੁਪਾਤ ਕੱਢਿਆ ਜਾਂਦਾ ਹੈ, ਠੀਕ ਹੈ? ਜੇ 1000 ਮਰਦ ਨੇ ਤਾਂ 1000 ਮਰਦ ਦੇ ਵਿੱਚ ਕਿੰਨੀਆਂ ਲੜਕੀਆਂ ਹਨ, ਕਿੰਨੀਆਂ ਔਰਤਾਂ ਹਨ, ਠੀਕ ਹੈ, ਉਸ ਨੂੰ ਲਿੰਗ ਅਨੁਪਾਤ ਕਿਹਾ ਜਾਂਦਾ। ਤਾਂ ਇਹ ਸਭ ਤੋਂ ਵੱਧ ਸੀਗਾ ਹੁਸ਼ਿਆਰਪੁਰ ਦੇ ਵਿੱਚ। ਆਪਸ਼ਨ ਏ ਇਸਦਾ ਬਿਲਕੁਲ ਹੀ ਸਹੀ ਜਵਾਬ ਰਹੇਗਾ। ਨੈਕਸਟ ਦੇਖੋ, ਓਜ਼ੋਨ ਲੇਅਰ ਇਜ਼ ਲੋਕੇਟਡ ਇਨ, ਓਜ਼ੋਨ ਪਰਤ ਜਿਹੜੀ ਹੈ ਉਹ ਕਿੱਥੇ ਹੈ? ਆਇਨੋਸਫੇਅਰ ਦੇ ਵਿੱਚ, ਟ੍ਰੋਪੋਪੌਜ਼ ਦੇ ਵਿੱਚ, ਸਟਾਟੋਸਫੇਅਰ ਦੇ ਵਿੱਚ ਜਾਂ ਫਿਰ ਮੈਸੋਸਫੇਅਰ ਦੇ ਵਿੱਚ? ਓਜ਼ੋਨ ਪਰਤ ਜਿਹੜੀ ਹੈ ਉਹ ਕਿੱਥੇ ਪਾਈ ਜਾਂਦੀ ਹੈ? ਓਜ਼ੋਨ ਪਰਤ ਕਿੱਥੇ ਪਾਈ ਜਾਂਦੀ ਹੈ? ਆਇਨੋਸਫੇਅਰ ਦੇ ਵਿੱਚ, ਟ੍ਰੋਪੋਸਫੇਅਰ ਦੇ ਵਿੱਚ, ਸਟਾਟੋਸਫੇਅਰ ਦੇ ਵਿੱਚ ਜਾਂ ਫਿਰ ਮੈਸੋਸਫੇਅਰ ਦੇ ਵਿੱਚ? ਤਾਂ ਇਹ ਪਾਈ ਜਾਂਦੀ ਹੈ ਸਟਾਟੋਸਫੇਅਰ ਦੇ ਵਿੱਚ, ਠੀਕ ਹੈ ਜੀ? ਸਟਾਟੋਸਫੇਅਰ ਦੇ ਵਿੱਚ ਓਜ਼ੋਨ ਪਰਤ ਪਾਈ ਜਾਂਦੀ ਹੈ। ਓਜ਼ੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਪੈਰਾਬੈਂਗਨੀ ਕਿਰਨਾਂ ਨੂੰ ਅਵਸੋਸ਼ ਕਰਦੀ ਹੈ, ਆਪਣੇ ਵਿੱਚ ਓਬਜ਼ਰਵ ਕਰ ਲੈਂਦੀ ਹੈ, ਠੀਕ ਹੈ ਜੀ, ਸੋਖ ਲੈਂਦੀ ਹੈ, ਜਿਸ ਦੇ ਨਾਲ ਕੀ ਆ ਕਿ ਜਿਹੜੀਆਂ ਇਹ ਸੂਰਜ ਦੀਆਂ ਕਿਰਨਾਂ ਨੇ ਡਾਇਰੈਕਟ ਮਨੁੱਖੀ ਸਰੀਰ ਤੱਕ, ਧਰਤੀ ਤੱਕ ਨਹੀਂ ਪਹੁੰਚਦੀਆਂ, ਠੀਕ ਹੈ ਜੀ, ਜਿਸ ਕਾਰਨ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ, ਠੀਕ ਹੈ, ਜਿਹੜੀ ਹੈ ਉਹਨਾਂ ਤੋਂ ਬਚਾਓ ਹੁੰਦਾ ਹੈ। ਜੇ ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਣੀ ਵਿਕਰਨਾਂ ਡਾਇਰੈਕਟ ਇਨਸਾਨ ਦੇ ਸਰੀਰ ਦੇ ਉੱਤੇ ਜਾਂ ਬਨਸਪਤੀ ਦੇ ਉੱਤੇ ਪੈਣਗੀਆਂ ਤਾਂ ਇਹ ਬਹੁਤ ਘਾਤਕ ਸਿੱਧ ਹੋਣਗੀਆਂ, ਠੀਕ ਹੈ। ਇਹ ਇੱਕ ਜਾਲੀ ਦਾ ਕੰਮ ਕਰਦੀ ਹੈ, ਫਿਲਟਰ ਦਾ ਕੰਮ ਕਰਦੀ ਹੈ। ਅੱਗੇ ਦੇਖੋ, ਅਗਲਾ ਪ੍ਰਸ਼ਨ ਹੈ ਆਪਣੇ ਕੋਲ ਕਿ ਪੰਜਾਬ ਵਿੱਚ ਕੁੱਲ ਆਬਾਦੀ ਵਿੱਚ ਅਨੁਸੂਚਿਤ ਜਾਤੀ ਦੀ ਪ੍ਰਤੀਸ਼ਤ ਕਿੰਨੀ ਹੈ? ਪੰਜਾਬ ਦੇ ਵਿੱਚ ਕੁੱਲ ਆਬਾਦੀ ਦੀ 2011 ਦੀ, ਉਸ ਦੇ ਵਿੱਚ ਅਨੁਸੂਚਿਤ ਜਾਤੀ ਦੀ ਪ੍ਰਤੀਸ਼ਤ ਕਿੰਨੀ ਹੈ? 30.90 ਜਾਂ ਫਿਰ 31.94 ਜਾਂ ਫਿਰ 32.94 ਜਾਂ ਫਿਰ 33.90। ਪੰਜਾਬ ਦੀ 2011 ਦੀ ਆਬਾਦੀ ਦੇ ਵਿੱਚ ਅਨੁਸੂਚਿਤ ਜਾਤੀ ਦੀ ਜਿਹੜੀ ਪ੍ਰਤੀਸ਼ਤ ਸੀ ਉਹ ਕਿੰਨੀ ਸੀ? ਤਾਂ ਇਹ ਸੀਗੀ 31.94, ਠੀਕ ਹੈ ਜੀ, 31.94 ਇਸਦਾ ਬਿਲਕੁਲ ਹੀ ਸਹੀ ਆਂਸਰ ਹੈ, ਠੀਕ ਹੈ। 2011 ਦੇ ਵਿੱਚ ਜਿਹੜੀ ਪੰਜਾਬ ਦੀ ਆਬਾਦੀ ਦੇ ਵਿੱਚ ਸ਼ਡਿਊਲ ਕਾਸਟ ਸੀ ਤਾਂ ਉਹ ਟੋਟਲ ਆਬਾਦੀ ਦੀ 31.94% ਸੀ। ਨੈਕਸਟ ਪ੍ਰਸ਼ਨ ਦੇਖੋ ਆਪਣੇ ਕੋਲ ਹੈ, ਸਭ ਤੋਂ ਪਹਿਲਾਂ ਕਿਸਨੇ ਧਰਤੀ ਦੇ ਘੇਰੇ ਦੀ ਗਿਣਨਾ ਕੀਤੀ ਸੀ? ਸਭ ਤੋਂ ਪਹਿਲਾਂ ਕਿਸਨੇ ਧਰਤੀ ਦੇ ਘੇਰੇ ਦੀ ਗਣਨਾ ਕੀਤੀ ਸੀ, ਠੀਕ ਹੈ ਜੀ? ਨਾਮ ਇੰਗਲਿਸ਼ ਦੇ ਵਿੱਚ ਨੇ, ਥੋੜ੍ਹੇ ਬੋਲਣ ਲੱਗੇ ਥੋੜ੍ਹੇ ਡਿਫੀਕਲਟ ਲੱਗਣਗੇ, ਬਟ ਆਪਣੇ ਕੋਲ ਜਿਹੜੇ ਚਾਰ ਆਪਸ਼ਨ ਨੇ ਉਹ ਇਹ ਨੇ ਕਿ ਐਨੈਕਸੀਮੈਂਡਰ, ਟੋਲਮੀ, ਫਰੈਡਰਿਚ ਰੈਟਲ ਅਤੇ ਐਰੋਟੋਸਟੈਂਸ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ ਕਿਸਨੇ ਸਭ ਤੋਂ ਪਹਿਲਾਂ ਧਰਤੀ ਦੇ ਘੇਰੇ ਦੀ ਗਣਨਾ ਕੀਤੀ ਸੀਗੀ? ਤਾਂ ਇਸ ਦੇ ਵਿੱਚੋਂ ਜਿਹੜਾ ਆਪਸ਼ਨ ਚਾਰ ਹੈ ਆਪਣੇ ਕੋਲ, ਠੀਕ ਹੈ, ਐਟੋਥ, ਠੀਕ ਹੈ ਜੀ, ਆਪਸ਼ਨ ਨੰਬਰ ਡੀ ਜਿਹੜਾ ਹੈ ਉਹ ਬਿਲਕੁਲ ਸਹੀ ਹੈ। ਇਸ ਨੇ ਲਗਭਗ 2000 ਸਾਲ ਪਹਿਲਾਂ, ਠੀਕ ਹੈ, 2000 ਸਾਲ ਪਹਿਲਾਂ ਇਸ ਨੇ ਧਰਤੀ ਦੇ ਘੇਰੇ ਦੀ ਗਣਨਾ ਕੀਤੀ ਸੀ, ਠੀਕ ਹੈ ਜੀ। ਇਸ ਬੰਦੇ ਨੂੰ ਪਹਿਲਾ ਵਿਅਕਤੀ ਮੰਨਿਆ ਜਾਂਦਾ ਹੈ। ਅੱਗੇ ਦੇਖੋ, ਹਾਈਡਰੋਲੋਜੀ ਕਿਸ ਦੀ ਸਟੱਡੀ ਹੈ? ਹਾਈਡਰੋਲੋਜੀ ਕਿਸ ਦੀ ਸਟੱਡੀ ਹੈ? ਧਰਤੀ ਉੱਤੇ ਪਾਣੀ ਦੀ ਗਤੀ ਵੰਡ ਅਤੇ ਗੁਣਵੱਤਾ ਦੀ, ਜਾਂ ਫਿਰ ਲੈਂਡਫਾਰਮ ਦੀ, ਜਾਂ ਫਿਰ ਮਿੱਟੀ ਦੀ, ਜਾਂ ਧਰਤੀ ਉੱਤੇ ਮਨੁੱਖ ਦੀ?
ਹਾਈਡਰੋਲੋਜੀ ਇਸ ਦੀ ਸਟੱਡੀ ਹੈ। ਹਾਈਡਰੋਲੋਜੀ ਜਿਹੜੀ ਸਟੱਡੀ ਹੈ ਉਹ ਪਾਣੀ ਦੀ ਸਟੱਡੀ ਹੈ, ਠੀਕ ਹੈ ਜੀ। ਹਾਈਡਰੋਲੋਜੀ ਇਜ਼ ਦਾ ਸਟੱਡੀ ਆਫ ਵਾਟਰ, ਠੀਕ ਹੈ, ਜਿਸ ਦੇ ਵਿੱਚ ਪਾਣੀ ਦਾ ਮੂਵਮੈਂਟ ਆ ਜਾਂਦਾ, ਉਹਦਾ ਡਿਸਟ੍ਰੀਬਿਊਸ਼ਨ ਆ ਜਾਂਦਾ, ਕੁਆਲਿਟੀ ਆ ਜਾਂਦੀ ਆ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਆਪਣੇ ਕੋਲ ਪਹਿਲਾ ਨੰਬਰ ਜਿਹੜਾ ਹੈ, ਪਹਿਲਾ ਆਪਸ਼ਨ ਜਿਹੜਾ ਹੈ ਉਹ ਸਹੀ ਹੈ। ਅੱਗੇ ਦੇਖੋ, ਕੋਸਮੋਲੋਜੀ ਇਜ਼ ਦਾ ਸਟੱਡੀ ਆਫ ਗਲੇਸ਼ੀਅਰ ਦੀ ਸਟੱਡੀ ਹੈ ਇਹ ਕੋਸਮੋਲੋਜੀ, ਬ੍ਰਹਿਮੰਡ ਦੀ ਹੈ, ਤਾਰਿਆਂ ਦੀ ਹੈ ਜਾਂ ਫਿਰ ਮਿਲਕੀ ਵੇ ਦੀ ਹੈ, ਆਕਾਸ਼ ਗੰਗਾ ਦੀ ਹੈ। ਕੋਸਮੋਲੋਜੀ ਇਜ਼ ਦਾ ਸਟੱਡੀ ਆਫ ਯੂਨੀਵਰਸ, ਠੀਕ ਹੈ ਜੀ। ਤਾਂ ਇਹ ਯੂਨੀਵਰਸ ਦੀ ਸਟੱਡੀ ਹੈ, ਆਪਸ਼ਨ ਬੀ ਇਸ ਦਾ ਬਿਲਕੁਲ ਹੀ ਸਹੀ ਹੈ। ਨੈਕਸਟ ਪ੍ਰਸ਼ਨ ਦੇਖੋ, ਕਿਸਨੇ ਭਵਿੱਖਬਾਣੀ ਕੀਤੀ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ। ਕਿਸਨੇ ਭਵਿੱਖਬਾਣੀ ਕੀਤੀ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ? ਐਡਵਿਨ ਹੁਬਲ ਨੇ, ਠੀਕ ਹੈ ਜੀ। ਐਡਵਿਨ ਹੁਬਲ ਨੇ, ਐਡਵਿਨ ਹੁਬਲ ਜਿਹੜਾ ਹੈ ਇਹ ਅਮਰੀਕਾ ਦਾ ਠੀਕ ਹੈ, ਅਮਰੀਕਾ ਦਾ ਅੰਤਰਿਕਸ਼ ਯਾਤਰੀ ਸੀਗਾ, ਠੀਕ ਹੈ ਜੀ, ਜਿਸ ਦਾ ਜਨਮ 20 ਨਵੰਬਰ 1800 ਐਡਵਿਨ ਹੁਬਲ, ਕੋਪਰਨਿਕਸ, ਟੋਲਮੀ ਅਤੇ ਫਰੈਡਰਿਚ ਰੇਟਲ, ਠੀਕ ਹੈ ਜੀ। ਹੁਣ ਦੇਖੋ, ਪਹਿਲਾਂ ਤਾਂ ਇਹਨਾਂ ਸਾਰਿਆਂ ਦੇ ਬਾਰੇ ਜਾਣਕਾਰੀ ਆਪਾਂ ਦੇਖਦੇ ਹਾਂ ਕਿ ਕੌਣ ਕੌਣ ਤੇ। ਜਿਹੜਾ ਐਡਵਿਨ ਥਾ ਇਹ ਅਮਰੀਕਾ ਦਾ ਯਾਤਰੀ ਸੀਗਾ, ਅੰਤਰਿਕਸ਼ ਯਾਤਰੀ ਸੀ, ਜਿਸ ਦਾ ਜਨਮ 20 ਨਵੰਬਰ 1899 ਈਸਵੀ ਨੂੰ ਹੋਇਆ ਸੀ ਅਤੇ 28 ਸਤੰਬਰ 1953 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀਗੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆ ਗਿਆ ਕੋਪਰਨਿਕਸ, ਕੋਪਰਨਿਕਸ ਦਾ ਜਿਹੜਾ ਜਨਮ ਹੋਇਆ ਸੀ ਉਹ 19 ਫਰਵਰੀ 1473 ਈਸਵੀ ਦਾ ਮੰਨਿਆ ਜਾਂਦਾ ਹੈ ਅਤੇ 25 ਮਈ 1543 ਨੂੰ ਇਹਨਾਂ ਦੀ ਮੌਤ ਮੰਨੀ ਜਾਂਦੀ ਹੈ, ਠੀਕ ਹੈ ਜੀ, ਕੋਪਰਨਿਕਸ ਦੀ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਟੋਲਮੀ, ਠੀਕ ਹੈ, ਟੋਲਮੀ, ਟੋਲਮੀ ਦਾ ਜਿਹੜਾ ਜਨਮ ਹੈ ਉਹ 90 ਈਸਵੀ ਦੇ ਵਿੱਚ ਮੰਨਿਆ ਜਾਂਦਾ ਹੈ ਔਰ 168 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਮੰਨੀ ਜਾਂਦੀ ਹੈ, ਠੀਕ ਹੈ ਜੀ। ਮਤਲਬ ਇਹ ਸਭ ਤੋਂ ਪਹਿਲਾਂ ਸੀਗੇ। ਅਤੇ ਉਸ ਤੋਂ ਬਾਅਦ ਆ ਗਿਆ ਫਰੈਡਰਿਚ ਰੈਟਲ, ਠੀਕ ਹੈ ਜੀ। ਤਾਂ ਇਹ ਜਿਹੜਾ ਸੀਗਾ ਇਹ ਜਰਮਨੀ ਦਾ ਇੱਕ ਜੋਗ੍ਰਾਫਰ ਸੀਗਾ, ਠੀਕ ਹੈ, ਔਰ ਇਹਨਾਂ ਦਾ ਜਨਮ ਜਿਹੜਾ ਹੈ 30 ਅਗਸਤ 1844 ਦਾ ਮੰਨਿਆ ਜਾਂਦਾ ਹੈ ਔਰ 9 ਅਗਸਤ 1904 ਦੇ ਵਿੱਚ ਇਹਨਾਂ ਦੀ ਡੈਥ ਮੰਨੀ ਜਾਂਦੀ ਹੈ। ਤਾਂ ਹੁਣ ਆਪਣੇ ਕੋਲ ਪ੍ਰਸ਼ਨ ਕੀ ਹੈ ਕਿ ਕਿਸਨੇ ਭਵਿੱਖਬਾਣੀ ਕੀਤੀ ਸੀ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ? ਧਰਤੀ ਨੂੰ ਬ੍ਰਹਿਮੰਡ ਦਾ ਕੇਂਦਰ ਸਭ ਤੋਂ ਪਹਿਲਾਂ ਕਿਸਨੇ ਮੰਨਿਆ ਸੀ? ਤਾਂ ਇਹ ਮੰਨਿਆ ਸੀ ਟੋਲਮੀ ਨੇ, ਠੀਕ ਹੈ, ਟੋਲਮੀ ਨੇ ਮੰਨਿਆ ਸੀ। ਟੋਲਮੀ ਦਾ ਜਨਮ ਜਿਹੜਾ ਹੈ 90 AD ਦਾ ਹੈ ਔਰ ਮੌਤ ਜਿਹੜੀ ਹੈ ਉਹ 68 AD ਦੀ ਹੈ, ਠੀਕ ਹੈ ਜੀ। ਨੈਕਸਟ ਪ੍ਰਸ਼ਨ ਦੇਖੋ ਕੀ ਹੈ ਆਪਣੇ ਕੋਲ, ਇਹ ਸੋਲਰ ਸਿਸਟਮ ਵਿੱਚ ਤਾਕਤ ਦਾ ਪ੍ਰਮੁੱਖ ਸਰੋਤ ਕੀ ਹੈ? ਵਾਟ ਇਜ਼ ਦਾ ਮੇਜਰ ਸੋਰਸ ਆਫ ਐਨਰਜੀ ਇਨ ਦੀ ਸੋਲਰ ਸਿਸਟਮ? ਸੋਲਰ ਸਿਸਟਮ ਦੇ ਵਿੱਚ ਤਾਕਤ ਦਾ ਮੇਨ ਸਰੋਤ ਕੀ ਹੈ, ਮੁੱਖ ਸਰੋਤ ਕੀ ਹੈ? ਸੂਰਜ ਹੈ, ਚੰਦਰਮਾ ਹੈ, ਜੁਪੀਟਰ ਹੈ ਜਾਂ ਫਿਰ ਪਲਸਰ ਹੈ? ਸੋਲਰ ਸਿਸਟਮ ਦੇ ਵਿੱਚ ਤਾਕਤ ਦਾ ਜਿਹੜਾ ਮੁੱਖ ਕੇਂਦਰ ਹੈ, ਪ੍ਰਮੁੱਖ ਸਰੋਤ ਹੈ, ਉਹ ਸੂਰਜ ਹੈ, ਸਨ ਹੈ, ਠੀਕ ਹੈ ਜੀ। ਆਪਸ਼ਨ ਏ ਇਸਦਾ ਬਿਲਕੁਲ ਹੀ ਸਹੀ ਉੱਤਰ ਹੈ। ਅਤੇ ਨੈਕਸਟ ਪ੍ਰਸ਼ਨ ਦੇਖੋ, ਸੂਰਜ ਦੀ ਸਤ੍ਹਾ ਦਾ ਤਾਪਮਾਨ ਕਿੰਨਾ ਹੈ? ਸੂਰਜ ਦੀ ਸਤ੍ਹਾ ਦਾ ਤਾਪਮਾਨ ਕਿੰਨਾ ਹੈ? 4000 ਡਿਗਰੀ ਸੈਲਸੀਅਸ, 5000 ਡਿਗਰੀ ਸੈਲਸੀਅਸ, 6000 ਡਿਗਰੀ ਸੈਲਸੀਅਸ ਜਾਂ ਫਿਰ 9000 ਡਿਗਰੀ ਸੈਲਸੀਅਸ? ਤਾਂ ਇਹ ਹੈ 6000 ਡਿਗਰੀ ਸੈਲਸੀਅਸ। ਆਪਸ਼ਨ ਸੀ ਇਸਦਾ ਬਿਲਕੁਲ ਹੀ ਸਹੀ ਉੱਤਰ ਹੈ। ਅੱਗੇ ਦੇਖੋ, ਹੇਠ ਲਿਖਿਆ ਵਿੱਚੋਂ ਕਿਹੜਾ ਬਾਹਰੀ ਗ੍ਰਹਿ ਦਾ ਹਿੱਸਾ ਹੈ? ਹੇਠ ਲਿਖਿਆ ਦੇ ਵਿੱਚੋਂ ਕਿਹੜਾ ਬਾਹਰੀ ਗ੍ਰਹਿ ਦਾ ਹਿੱਸਾ ਹੈ? ਠੀਕ ਹੈ, ਮਰਕਰੀ ਹੈ, ਨੈਪਚੂਨ ਹੈ, ਵੀਨਸ ਹੈ ਜਾਂ ਫਿਰ ਅਰਥ ਹੈ? ਇਹਨਾਂ ਦੇ ਵਿੱਚੋਂ ਬਾਹਰੀ ਗ੍ਰਹਿ ਦਾ ਹਿੱਸਾ ਕਿਹੜਾ ਹੈ? ਤਾਂ ਇਹ ਹੈ ਨੈਪਚੂਨ, ਠੀਕ ਹੈ ਜੀ। ਨੈਪਚੂਨ ਬਾਹਰੀ ਗ੍ਰਹਿ ਦਾ ਹਿੱਸਾ ਹੈ। ਦੇਖੋ, ਜਿਹੜੇ ਤਾਂ ਪਹਿਲੇ 4 ਗ੍ਰਹਿ ਆ ਗਏ ਧਰਤੀ ਦੇ ਨੇੜੇ ਆ ਗਏ, ਠੀਕ ਆ, ਉਹ ਜਿਹੜੇ ਹੈਗੇ ਨੇ ਉਹ ਇਨਰ ਪਲੈਨਟ ਨੇ, ਔਰ ਜਿਹੜੇ ਧਰਤੀ ਤੋਂ ਪਿੱਛੇ 4 ਰਹਿ ਗਏ ਉਹ ਆਊਟਰ ਪਲੈਨਟ ਨੇ, ਠੀਕ ਹੈ ਜੀ। ਜੇ ਪਲੈਨਟ ਦਾ ਨਾਮ
ਯਾਦ ਰੱਖਣ ਦੇ ਵਿੱਚ ਕਠਿਨਾਈ ਹੁੰਦੀ ਹੈ ਤਾਂ ਇੱਕ ਲਾਈਨ ਹੈ, ਮਾਰੀ ਮਾਈ ਵੈਰੀ ਐਜੂਕੇਟਡ ਮਦਰ ਜਸਟ ਸਰਬੱਤ ਨਰਸ। ਠੀਕ ਹੈ, ਮਾਈ ਵੈਰੀ ਐਜੂਕੇਟਡ ਮਦਰ ਸਭ ਤੋਂ ਪਹਿਲਾ ਗ੍ਰਹਿ ਜਿਹੜਾ ਹੈ ਉਹ ਹੈ ਮਰਕਰੀ, ਐਮ 'ਤੇ ਆ ਜਾਏਗਾ। ਫਿਰ ਵੀਨਸ ਹੈ, ਠੀਕ ਹੈ ਜੀ। ਫਿਰ ਈ ਹੋਰ ਅਰਥ ਹੈ, ਐਮ 'ਤੇ ਮਾਰਸ ਹੈ, ਜੇ 'ਤੇ ਜੁਪੀਟਰ ਹੈ, ਐਸ 'ਤੇ ਸੈਟਰਨ ਹੈ, ਐਸ 'ਤੇ ਯੂਰੇਨਸ ਹੈ, ਔਰ ਐਨ 'ਤੇ ਨੈਪਚੂਨ ਹੈ। ਠੀਕ ਹੈ ਜੀ, ਮਾਈ ਵੈਰੀ ਐਜੂਕੇਟਡ ਮਦਰ ਜਸਟ ਜ਼ਰਬ ਅਸ ਨਰਸ, ਇਸ ਲਾਈਨ ਨੂੰ ਯਾਦ ਰੱਖੀਓ। ਠੀਕ ਹੈ, ਐਮ 2 ਵਾਰੀ ਆਉਂਦਾ ਤਾਂ ਪਹਿਲੇ ਦੇ ਨਾਲ ਮਾਈ ਹੈ, ਵਾਈ ਹੈ, ਤਾਂ ਮਰਕਰੀ ਦੇ ਵਿੱਚ ਵੀ ਐਂਡ ਦੇ ਵਿੱਚ ਵਾਈ ਹੈ, ਇਹ ਸ਼ੁਰੂ ਹੁੰਦਾ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਤੁਸੀਂ ਗ੍ਰਹਿਆਂ ਦੇ ਨਾਮ ਯਾਦ ਰੱਖ ਸਕਦੇ ਹੋ। ਠੀਕ ਹੈ, ਤਾਂ ਇਸਦਾ ਜਿਹੜਾ ਹੁਣ ਸਹੀ ਉੱਤਰ ਹੈ ਕਿ ਕਿਹੜਾ ਗ੍ਰਹਿ ਬਾਹਰੀ ਗ੍ਰਹਿ ਹੈ, ਤਾਂ ਉਹ ਹੈ ਨੈਪਚੂਨ। ਪਹਿਲੇ ਚਾਰ ਗ੍ਰਹਿ ਨੇ ਜਿਹੜੇ ਮਰਕਰੀ, ਵੀਨਸ, ਅਰਥ, ਮਾਰਸ, ਇਹ ਇਨਰ ਪਲੈਨਟ ਆ ਜਾਂਦੇ ਨੇ। ਉਸ ਤੋਂ ਬਾਅਦ ਜੁਪੀਟਰ, ਸੈਟਰਨ, ਯੂਰੇਨਸ ਅਤੇ ਨੈਪਚੂਨ ਇਹ ਆਊਟਰ ਪਲੈਨਟ ਆ ਜਾਂਦੇ ਨੇ। ਠੀਕ ਹੈ ਜੀ, ਅੱਗੇ ਦੇਖੋ ਕਿਹੜਾ ਗ੍ਰਹਿ ਨੀਲਾ ਹੈ, ਕਿਹੜਾ ਗ੍ਰਹਿ ਨੀਲਾ ਹੈ, ਵੀਨਸ ਹੈ, ਮਾਰਸ ਹੈ, ਅਰਥ ਹੈ ਜਾਂ ਫਿਰ ਮਰਕਰੀ ਹੈ। ਠੀਕ ਹੈ, ਕਿਹੜਾ ਗ੍ਰਹਿ ਨੀਲਾ ਗ੍ਰਹਿ ਹੈ, ਵਿੱਚ ਪਲੈਨਟ ਦੀ ਬਲੂ, ਅਰਥ ਹੈ, ਅਰਥ ਨੂੰ ਬਲੂ ਪਲੈਨਟ ਕਿਹਾ ਜਾਂਦਾ ਹੈ। ਠੀਕ ਹੈ ਜੀ, ਬਲੂ ਪਲੈਨਟ ਵੀ ਕਿਹਾ ਜਾਂਦਾ ਹੈ ਇਸਨੂੰ, ਨੀਲਾ ਪਲੈਨਟ, ਆਪਸ਼ਨ ਸੀ ਇਸਦਾ ਬਿਲਕੁਲ ਹੀ ਸਹੀ ਉੱਤਰ ਹੈ। ਅੱਗੇ ਦੇਖੋ ਕਿਹੜਾ ਗ੍ਰਹਿ ਸਭ ਤੋਂ ਛੋਟਾ ਹੈ, ਕਿਹੜਾ ਗ੍ਰਹਿ ਸਭ ਤੋਂ ਛੋਟਾ ਹੈ, ਮਰਕਰੀ ਹੈ, ਜੁਪੀਟਰ ਹੈ, ਯੂਰੇਨਸ ਹੈ ਜਾਂ ਫਿਰ ਵੀਨਸ ਹੈ। ਮਰਕਰੀ ਹੈ, ਜੁਪੀਟਰ ਹੈ, ਯੂਰੇਨਸ ਹੈ ਜਾਂ ਫਿਰ ਵੀਨਸ ਹੈ। ਠੀਕ ਹੈ ਜੀ, ਤਾਂ ਮਰਕਰੀ ਸਭ ਤੋਂ ਛੋਟਾ ਗ੍ਰਹਿ ਹੈ, ਆਪਸ਼ਨ ਏ। ਔਰ ਵੀਨਸ ਨੂੰ ਧਰਤੀ ਦੀ ਭੈਣ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਵੀਨਸ ਇਸ ਨੋਨ ਐਜ਼ ਦਾ ਸਿਸਟਰ ਆਫ ਅਰਥ। ਠੀਕ ਹੈ, ਅੱਗੇ ਦੇਖੋ ਧਰਤੀ ਦੇ ਸੰਬੰਧ ਵਿੱਚ ਚੰਦਰਮਾ ਦਾ ਪੁੰਜ ਕੀ ਹੈ, ਧਰਤੀ ਦੇ ਸੰਬੰਧ ਦੇ ਵਿੱਚ ਚੰਦਰਮਾ ਦਾ ਪੁੰਜ ਕੀ ਹੈ। ਠੀਕ ਹੈ, ਤਾਂ ਇਸਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਆਪਸ਼ਨ ਡੀ, ਧਰਤੀ ਦੇ ਸੰਬੰਧ ਦੇ ਵਿੱਚ ਚੰਦਰਮਾ ਦਾ ਸਹੀ ਪੁੰਜ ਕੀ ਹੈ, 1:10, ਇਹ ਇਸਦਾ ਸਹੀ ਉੱਤਰ ਹੈ। ਠੀਕ ਹੈ ਜੀ, ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ, ਜਿਸ ਦੇ ਵਿੱਚ ਆਪਾਂ ਨੇ ਲਗਭਗ 25 ਪ੍ਰਸ਼ਨ ਸੋਲਵ ਕੀਤੇ ਹਨ। ਬਹੁਤ ਜਲਦ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਰਹੇ ਹਾਂ ਤੁਹਾਡੇ ਸਾਹਮਣੇ ਬਹੁਤ ਜਲਦ ਹੀ। ਠੀਕ ਹੈ ਜੀ, ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਤਾਂ ਕਿ ਆਉਣ ਵਾਲੀ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ। ਠੀਕ ਹੈ ਜੀ, ਆਪਣੇ ਚੈਨਲ ਦੇ ਨਾਲ ਜੁੜੇ ਰਹੋ, ਇਸ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਔਰ ਸਬਸਕ੍ਰਾਈਬ ਕਰਿਓ। ਧੰਨਵਾਦ।